ਉਹਨੇ ਮੇਰੇ ਕੰਮ ਦੀ ਕਦਰ ਕੋਈ ਨਹੀਂ ਕਰਨੀ। ਮੈਂ ਦੂਰੋਂ ਚੱਲ ਕੇ ਆਇਆ, ਤੇਰਾ ਮਹਿਮਾਨ ਆ, ਤੇ 10-20 ਰੁਪਏ ਔਕਾਤ ਨਹੀਂ, 100 ਬਜਾ ਦੇਣਾ ਹੌਸਲੇ ਦੀ ਗੱਲ ਹੈ ਯਾਰ, ਜਣੇ ਖਲੋਤੇ ਹੋ ਪੁੱਤਰ ਘਬਰਾਈ ਨਾ, ਇਹ ਜਣੇ ਤੇਰੀ ਮਿਹਨਤ ਦਾ ਹੱਕ ਨਹੀਂ ਲੁਕਾਉਣ ਲੱਗੇ। ਅਗੂ ਐਬਰ ਵੀ ਡੁੱਕੀ ਹਟਾ ਲਈ ਤੇਰੀ, ਐਬਰਾਂ ਨਿਸ਼ਾਨ ਨੇ ਸਿੱਤੇ ਵੀ ਕਹਿਤਾ, ਮਿਲ ਕੇ ਕਹਿ ਦਿਓ ਯਾ ਰਸੂਲ ਅੱਲਾ, ਆਸਤਾ ਨੇ ਜਿਸ ਤਰ੍ਹਾਂ ਸੋਨੇ ਦਾ ਨਾਂ ਸੋਨਾ, ਮਿਲ ਕੇ ਆਵਾਜ਼ ਨਾ ਕਹੋ ਯਾ ਰਸੂਲ ਅੱਲਾ, ਜ਼ੋਰ ਦੀ ਨਾਰਾ ਲਗਾਓ ਯਾ ਇਲੀ। ਜਾਣਾ ਨੀ ਕਿਸੇ ਬੰਦੇ ਨੇ, ਦੱਸਣਾ ਨਹੀਂ, ਤੂੰ ਬੱਚਾ ਹੱਸ ਪਏ ਚੁੱਪ ਕਰਾ ਦਿਆ ਜੀ ਯਾਰ। ਨਾਰਾ ਮਿਲ ਕੇ ਲਗਾਓ ਯਾ ਇਲੀ। ਲਾਨਤ ਹੈ ਸ਼ੂਮ ਦੀ ਕਮਾਈ ਉੱਤੇ, ਇਹ 10-20 ਰੁਪਏ ਯਾਰ ਮੇਰੀ ਮਿਹਨਤ ਦਾ ਅੱਕ ਬਣਦਾ ਹੈ, ਬੋਲ ਨਹੀਂ ਬਣਦਾ। ਉਹ ਜੇ ਬਣਦਾ ਤੇ ਫਿਰ ਪਾਕ ਰਸੂਲ ਨੂੰ ਮੰਨ ਕੇ ਲੁਕਾਇਆ ਜੇ ਨਾ, ਜਿਸ ਦੇ ਕੋਲ ਹੈ ਮੇਰੀ ਮਿਹਨਤ ਆਪਣੀ ਜਗ੍ਹਾ ਉੱਪਰ ਖੜੋ ਕੇ ਅੱਗੇ ਸੁੱਟ ਦਿਓ ਯਾਰ, ਜਿਹਦੇ ਕੋਲ ਹੈ ਅੱਗੇ ਸੁੱਟ ਦਿਓ। ਬਿਸਮਿਲਾ ਸਰ, ਅੱਲਾ ਇੱਜ਼ਤ ਦੇ, ਇਹ ਲਗਾਓ ਤੁਹਾਡੀ ਬੱਚੇ ਦੇ ਨਾਂ ਦੀ 50 ਰੁਪਏ ਇਨਾਮ ਦੇ ਰਿਹਾ ਯਾਰ, ਜ਼ੋਰ ਦੀ ਤਾੜੀ ਵਜਾ ਦਿਓ, ਇਹ ਤਾੜੀ ਤੇ ਵਜਾ ਦਿਓ, ਜਾਇਆ ਜੇ ਨਾ, ਜਿਹਦੇ ਕੋਲ ਹੈ ਅੱਗੇ ਸੁੱਟ ਦਿਓ, ਆਪਣੀ ਜਗ੍ਹਾ ਉੱਤੇ ਖੜੋ ਕੇ ਅੱਗੇ, ਆਪਣੀ ਜਗ੍ਹਾ ਉੱਤੇ ਰਹਿ ਕੇ ਅੱਗੇ ਸੁੱਟ ਦਿਓ, ਅੱਗੇ ਸੁੱਟ ਦਿਆ ਜੀ। ਜਾਣਾ ਨਹੀਂ ਹੈ, ਸ਼ੁਗਲ ਵੇਖ ਲਓ, ਇਹ ਫੜ ਲੈ ਵੀ ਇਨਾਮ ਫੜ ਲੈ। ਬਿਸਮਿਲਾ ਸਰ, ਅੱਲਾ ਇੱਜ਼ਤ ਦੇ, ਜਾਇਆ ਨਾ ਕੋਈ ਬੰਦਾ, ਇਹ ਸ਼ੁਗਲ ਮੇਰਾ ਤੱਕੋ, ਇਨਾਮ ਹੋਗਾ ਜਿਹੜਾ ਤੁਸੀਂ ਮੈਨੂੰ ਦੇ ਛੱਡਿਆ ਹੋਣਾ, ਮੈਂ ਪੈਸਾ ਨਹੀਂ ਮੰਗਣਾ, ਇਹ ਫੜ ਲੈ ਜੀ, ਇਨਾਮ ਫੜ ਲਓ, ਇਨਾਮ ਫੜ ਲਓ, ਜੋ ਨਸੀਬਾਂ ਵਿੱਚ ਐਸੀ ਮਿਲ ਗਿਆ, ਦੋ ਬੰਦੇ ਆ ਕੋਈ, ਇਹਨਾਂ ਕੋਲ ਪੈਸਾ ਨਹੀਂ ਮੰਗਣਾ, ਹੁਣ ਠੀਕ ਹੋ, ਇਹਨਾਂ ਨੂੰ ਸਮੋਲ ਤਕਾਈਏ, ਇਹਨਾਂ ਨੂੰ ਖੇਲ ਤਕਾਈਏ, ਯਾ ਮੁਰਸ਼ਿਦ ਪਾਕ ਕਰ, ਛੇਤੀ ਹੋ ਦੋ, ਇੱਕ ਵਾਰੀ ਛੋਟੇ ਬੱਚੇ ਨਾਲ ਲਗਾਓ ਯਾ ਅੱਲਾ ਖੈਰ, ਆਸਤਾ ਨਹੀਂ ਅੱਲਾ ਦਾ ਨਾਮ ਲੈ, ਇਹ ਵੀ ਪੜ ਹੈ, ਖੈਰ ਕਰ ਦਿੰਦਾ, ਸਾਰੇ ਬੰਦੇ ਜ਼ੋਰ ਦੀ ਕਹੋ ਯਾ ਅੱਲਾ ਖੈਰ, ਜ਼ੋਰ ਦੀ ਨਾਰਾ ਲਗਾਓ ਯਾ ਰਸੂਲ ਅੱਲਾ, ਇੱਕ ਵਾਰੀ ਮਿਲ ਕੇ ਕਹਿ ਦਿਓ ਯਾ ਇਲੀ। ਲੀਕ ਪਾਓ ਜੀ ਸਾਹਮਣੇ, ਲੀਕ ਪਾ ਕੇ ਨਾ ਬੰਦੇ ਨੇੜੇ ਕਰ ਲਓ, ਮੈਂ ਸਾਈਕਲ ਦੰਦਾਂ ਨਾਲ ਚੁੱਕ ਕੇ ਵਹਾ ਦਿਆਂ, ਥੋੜੇ ਥੋੜੇ ਕਰ ਲਓ ਵੀ, ਮੈਂ ਸਰੀਆ ਗੱਲੇ ਉੱਪਰ ਫੇਰ ਕੇ ਟਿਕਾਣਾ ਹੈ, ਇਹ ਸਾਰੇ ਬੰਦੇ ਕਲਮੇ ਨੂੰ ਮੰਨ ਕੇ ਲੀਕ ਦੇ ਉੱਤੇ ਹੋ ਜਾਓ, ਸਾਰੇ ਬੰਦੇ ਲੀਕ ਉੱਤੇ ਹੋ ਜਾਓ, ਇਹ ਪਿਛਲੇ ਬੰਦੇ ਵੀ ਅੱਗੇ ਮਿਲ ਜਾਓ ਯਾਰ, ਬੜੀ ਮਿਹਰਬਾਨੀ ਹੈ ਤੁਹਾਡੀ, ਮੈਂ ਪਰਦੇਸੀ ਹਾਂ, ਸਲਾਮ ਕਰ ਦੇਣਾ ਯਾਰ, ਅੱਗੇ ਉਡੋ, ਥੋੜ੍ਹਾ ਥੋੜ੍ਹਾ ਅੱਗੇ ਉਡੋ, ਲੋਨੀ ਇਹ ਜੋ ਨਸੀਬਾਂ ਵਿੱਚ ਹੈ ਸੀ ਉਹ ਮਿਲ ਗਿਆ, ਉਹ ਮੈਂ ਤੁਹਾਡੇ ਕੋਲੋਂ ਪੈਸਾ ਨਹੀਂ ਮੰਗਣਾ, ਇਨਾਮ ਪੁੱਤਰ ਮੈਨੂੰ ਫੜਾ ਦੇ, ਇਹ ਜੋ ਨਸੀਬਾਂ ਵਿੱਚ ਹੈ ਸੀ ਮਿਲ ਗਿਆ, ਉਹ ਮੈਂ ਤੁਹਾਡੇ ਕੋਲੋਂ ਪੈਸਾ ਨਹੀਂ ਮੰਗਣਾ, 10-20 ਰੁਪਈਏ ਮੇਰੇ ਮੀਆਂ ਨੇ ਧੱਕ ਬਣਦਾ ਸੀ ਯਾਰ, ਮੈਂ ਲੈ ਲਿਆ, ਇਹ ਹੁਣ ਮੈਂ ਜਿਹੜਾ ਸ਼ੁਗਲ ਵਹਾਉਣ ਲੱਗਾ, ਇਹ ਖੇਲ ਵੇਖੋ, ਔਰ ਸੱਪ ਲੜਦਾ ਵੇਖੋ, ਤੇ ਇਹ ਸਾਈਕਲ ਨਵੇਂ ਅੰਦਾਜ਼ ਨਾਲ ਚੁੱਕੀਂਦੀ ਵੇਖੋ, ਵਜਾ ਹਮੇ ਢੋਲ, ਪਹਿਲੇ ਸਾਈਕਲ ਮੈਂ ਇਕੱਲੇ ਹੱਥ ਨਾਲ ਚਾਹਣੀ ਹੈ, ਔਰ ਜਿਹੜੇ ਤਰੀਕੇ ਨਾਲ ਇਹਨੂੰ ਮੈਂ ਚਾਹਣਾ, ਇਹਨੂੰ ਆਮ ਬੰਦਾ ਨਹੀਂ ਚਾ ਸਕਦਾ, ਪਹਿਲੇ ਸਾਈਕਲ ਇਕੱਲੇ ਹੱਥ ਨਾਲ, ਉਹਦੇ ਬਾਅਦ ਦੋ ਬੰਦੇ ਭਾ ਕੇ ਦੰਦਾਂ ਨਾਲ ਚੁੱਕੀਂਦੀ ਵੇਖੋ, ਇੱਕ ਵਾਰੀ ਸਾਰੇ ਬੱਚੇ ਨਾਲ ਲਗਾਓ ਯਾ ਅੱਲਾ ਖੈਰ,
अल्लाह का नाम लवी अल्लाह हैर कर देता है शैतान दूर हो जाता है। जोर दी कह दो या अल्लाह हैर, जोर दी मिल के कह दो या इली। लो ये साइकिल मैं चाण लगा नवे अंदाज ना दंदा ना जियो उत्ते प्रोग्राम लगता है इनाम कर उहदे विच खेल मैं तकाया है और उत्थे मैं इनाम हासिल किया है। इत्थे मैं तुहाडे को पैसा नहीं मंगना, बगैर पैसिया तू बगैर किसी मुआवजे तू ए मेरा शुगल तक लो ते पाकिस्तान जिंदाबाद। थोड़ा जिहा पुत्र ए इधर नूं करके साइकिल शाबाश। ए सरिया मैं गले उपर दोहरा ना करा, तुहाडा मुजरम हाँ, इनू मैं शाहराग उत्ते इस जगह उपर रख के दोहरिया करना है। या इलाही और बेटा पुत्र बच्चा कि ना लो शाबाश तो थोड़ा जिहा कंट्रोल च करो ए बच्ची मैं जमीन बाहर कर दियो बेटा तू बाहर चली जा बच्चिया के वेखण वाली शोल नहीं। ए मैं गड़े चू लगे ना सरकार सर मेरे कन्ना उपर आवाज आई है कि जादू है ला इलाहा इल्लल्लाह मुहम्मद रसूल अल्लाह। मैं कलमे की कसम है जादू मेरे कोई नहीं। बोलो यकीन आया कि नहीं आया? बोलो यार ए मैं सैकल चावन लगा तो जोर नाल सरिया दौरा करना तो जोर नाल मैं छले भी चू लंघिया तो फिर भी बारह बारह घंटे मैं जोर दे काम करना त्रै त्रै घंटे कुश्ती लड़ने वाला बंदा। मैं आर्मी के जवानों नाल कुश्तियां लड़िया रेलवे के जवानों नाल कुश्तियां लड़िया पहलवान दियां। ये जड़ा मैं खेल बहान लगा किसी पहलवान नाल घट नहीं मगर नमाज पढ़नी बोलो इबादत है कि कोई नहीं? तो कौम अच्छी गल दसनी नहीं इबादत है। लो इबादत समझ के मैं एक लख रुपए की गल दसन लगा परदेसियां तुहाडा मेहमान है दूर चल के आया आदियां उंगलां किनियां ने? बोलो बोलो यारा पांच ते दो मंगदा कुछ नहीं। एक सच्चे मुसलमान को जेड़ा कलमा पाक मुहम्मद मुस्तफा दा पढ़ने वाला खलोता है सिर्फ सात मिनट कोई बच्चा कोई बंदा सरकार नूं मान के जाया देना मैं तुहाडे खड़े होने का मुल अदा ना करा कभी तेरे जमण उत्ते लानत ते। ए सैकल चुकी देखो ए सरिये जोर आंदा वेखो लेकिन जाओ जे सेहत नाल नमाज नाल जान नाल प्यार है ते हाथ बन के कहना अल्लाह दा वास्ता देख कहना खाली पेट चाह ते सिगरट ना पी लिया करो। बोलो गल सही है कि गलत है? जेड़ा बंदा खाली पेट चाह पींदा की ख्याल है सेहत बन बैंदी है? ऐ कईयां मुंडे दा लोटा तंबी विच मूंह दा हो जांदा है ऐ कईयां बच्चियां नूं इकलाम हो जाए उन्होंने सुबह कपड़ा इन फड़िया हुंदा जिवें त्री बोल दा पिस्तौल फड़िया है ते जे कोई पुछ लवे ना की होया है वो हस के कहंदा चाचा तैनूं नहीं पता मैनूं शैतान पै गया है। शैतान आवे घड़ी ला लवे पैसे कढ़ लवे जेवर चोरी लै दे के अगे आके मोबलै कढ़दा है जे अगे आ जांदा पिछे मार्केट वड्डी है उसनूं पिछे भी हमला करना चाहिए कि पिछे वोट लाया अंदर आना मना है। शैतान नहीं बीमारी है। हाँ जी हाँ जी हाँ तुसीं अगे आओ तुहाडी इंतजार हो रही है। मैं सरिया भी दूरा करा खाली पेट चाह सिगरट ना पी लिया करो मैं परदेसी हाँ तुहाडा मेहमान हाँ सत्त मिनट टाइम मंगे है बाकी पांच मिनट रह गए दो मिनट गुजर गए ने पांच मिनट रह गए इन्हां पंजां मिनटां विच मैं खेल वहाण लगा ते पांच चीज़ां दसन लगा अपने सैयद दीआं अपने मुर्शद दीआं दसियां पांच चीज़ां दसन लगा इन्हां बच्चियां तों लै के वड्डियां तक सौ रुपए का इस्लाम लियाओ मैं लिख देना जिहड़ा बंदा मेरियां दसियां पांच चीज़ां अपने पेट च एक वारी अपने पेट च पा लवे मरदे दम तक ए सिर दे वाल सफेद हो सकते ने ए कमर झुक सकती है उम्र सौ साल हो सकती है मगर सारी जिंदगी ए मर्दाना ताकत कमी नहीं आएगी। अपने आप को कमजोर तस्लीम नहीं करोगे ए बाहों का जोर कबर तक नाल जाएगा सेहत कायम रहेगी कतरा इतलाम उग जाएगा तांत नहीं पवेगी ए कपड़े ना पाक नहीं होंगे हत्था पैरों में सेक नहीं निकलेगा सेहत तेरी कायम होगी। सुन लो चीजा पांच मैं खाना मेरे भाई इस्तेमाल करते ने यार ए सैकल चावन तू पहले ए सरिया दौरा करन तू पहले पांच चीजा सुन लो। पहले नंबर उत्ते है देसी किकर बोलो मिलेगा कि कोई नहीं? बोलो यारा एक स्टाक देसी किकर दी फली एक स्टाक देसी किकर दे फुल पुत्र बह जा थले अगले अगले बच्चे और बंदे कलमे नु माने के बह जाओ थले बह जाओ यार एक स्टाक देसी किकर दी फली एक स्टाक देसी किकर दे फुल ए दोवे चीजा छावे रख के सुकाओ कुट के बरी करो इन्हां विच तीसरी चीज एक तोला बोड़ दा दुध पा लिया जी मां दे दुध दी ताकत रखदा बोड़ दा दुध कतरे इतलाम नु रोक लैंदा है ए पठिया नु बेपनाह ताकत दिंदा है ए लक दे कड़े विच लोहे दी पेटी ला दिंदा बोड़ दा दुध। चौथी चीज सुन लो लै वी पुत्र अच्छी हाथ नंबर चार चौथी चीज
ਇੱਕ ਸਟਾਂ ਕੁਆਰ ਗੰਦਲ ਕੁਆਰ ਗੰਦਲ ਇਹ ਗੈਸ ਔਰ ਕਬਜ਼ ਰੀ ਹਵਾ ਦੀਆਂ ਦਰਦਾਂ ਇਹ ਜੋੜ ਜੋੜ ਦੀ ਦਰਦ ਨੂੰ ਕੱਢ ਦੇਗੀ ਕੁਆਰ ਗੰਦਲ ਬੁਢਾਪੇ ਦਾ ਸਾਰਾ ਕੁਆਰ ਗੰਦਲ ਇਹ ਚਿਹਰੇ ਉੱਤੇ ਸਿਆਹੀਆਂ ਨਹੀਂ ਪੈਣ ਗਈਆਂ ਸ਼ੂਗਰ ਉੱਤੇ ਕੰਟਰੋਲ ਹੋ ਗਿਆ ਸੀ ਅੱਲਾ ਵਾਸਤੇ ਉਹ ਚੀਜ਼ਾਂ ਕਿੰਨੀਆਂ ਹੋ ਗਈਆਂ ਬੋਲੋ ਯਾਰ ਲਪਨਵੀਂ ਔਰ ਆਖਰੀ ਚੀਜ਼ ਦਾ ਨਾਂ ਸੁਣੋ ਇਹ ਸਰੀਆ ਦੂਰਾ ਸਾਈਕਲ ਚੁੱਕੀਂਦੀ ਵੇਖੋ ਮੈਂ ਉਹਨੂੰ ਪਤਾ ਕਈਆਂ ਬੰਦਿਆਂ ਨੂੰ ਮੇਰੀ ਗੱਲ ਦੀ ਸਮਝ ਨਹੀਂ ਆ ਰਹੀ ਪਨਵੀਂ ਚੀਜ਼ ਜਿਹੜੀ ਮੈਂ ਦੱਸਣ ਲੱਗਾ ਇਹ ਮੁੱਲ ਮਿਲ ਸੀ ਮੋਹਤ ਨਹੀਂ ਪੈਸੇ ਜੇਬ ਚ ਪਾਓ ਬਾਜ਼ਾਰ ਵਿੱਚ ਵੇਚੋ ਕਿਸੇ ਬਿਹਤਰੀਨ ਹਕੀਮ ਨੂੰ ਕਹੋ ਹਕੀਮ ਸਾਹਿਬ ਇੱਕ ਤੋਲਾ ਕੁਛ ਤਾਂ ਫੌਲਾਦ ਦੇ ਦਿਓ ਕੁਛ ਤਾਂ ਫੌਲਾਦ ਇਹ ਜਾਮਨੂ ਦਾ ਮਾਰਿਆ ਲੋਇਆ ਇਹਨਾਂ ਪੰਜਾਂ ਚੀਜ਼ਾਂ ਨੂੰ ਮਿਕਸ ਕਰੋ ਔਰ ਲਾ ਲਿਆ ਜੇ ਚਣੇ ਦੇ ਬਰਾਬਰ ਇੱਕ ਬੰਦੇ ਵਾਸਤੇ ਦਸ ਤੇ ਦਸ ਇਹ ਕਈ ਬੰਦੇ ਜਵਾਬ ਦਿੰਦੇ ਨੇ ਮੇਰਾ ਦਿਲ ਖੁਸ਼ ਹੁੰਦਾ ਹੈ ਤੇ ਗੁੱਸਾ ਨਾ ਕਰਿਆ ਜੇ ਇਹ ਕਈ ਬੰਦੇ ਅੱਜ ਸਿਰ ਮਾਰਦੇ ਨੇ ਮੈਨੂੰ ਮਹਿਸੂਸ ਹੁੰਦਾ ਕਹਿੰਦੇ ਨੇ ਭਾਈ ਆ ਲੌੜੇ ਦੇ ਚੜ ਜ਼ੁਬਾਨ ਅੱਲਾ ਨੇ ਯਾਰ ਬੋਲਣ ਵਾਸਤੇ ਦਿੱਤੀ ਹੈ ਬੋਲਿਆ ਕਰੋ ਦਸ ਤੇ ਦਸ ਅੱਲਾ ਤੁਹਾਡੀਆਂ ਧੀਆਂ ਭੈਣਾਂ ਦੇ ਪੜਦੇ ਸਲਾਮਤ ਰੱਖੇ ਕਹੋ ਆਮੀਨ ਵੀ ਗੋਲੀਆਂ ਦਸ ਦਿਨ ਉਹ ਬੰਦਾ ਖਾਏ ਜਿਹੜਾ ਕਹਿੰਦਾ ਮੈਨੂੰ ਸਾਹ ਚੜਦਾ ਸਾਹ ਚੜੇ ਮੈਂ ਗੋਲੀ ਦੇ ਕਾਬਲ ਹਾਂ ਸਾਹ ਨਹੀਂ ਚੜੇਗਾ ਇਹ ਦਿਲ ਨਹੀਂ ਘਬਰਾਏਗਾ ਇਹ ਪੱਟ ਪਿੰਡੀਆਂ ਨਹੀਂ ਫੁੱਲ ਗਈਆਂ ਦਿਮਾਗ ਨੂੰ ਚੁੱਕਰ ਨਹੀਂ ਆਉਣਗੇ ਅੱਖਾਂ ਅੱਗੇ ਹਨੇਰਾ ਨਹੀਂ ਆਏਗਾ ਸੁੱਤਿਆਂ ਇਤਲਾਮ ਨਹੀਂ ਹੋਵੇਗਾ ਇੱਕ ਮਰਦ ਔਰਤ ਦੇ ਮੈਦਾਨ ਚ ਸ਼ਰਮਿੰਦਾ ਨਹੀਂ ਹੋਵੇਗਾ ਟੁੱਟੀਆਂ ਗੱਲਾਂ ਉੱਤੇ ਲਹੂ ਆ ਜਾਏਗਾ ਹੱਡੀਆਂ ਉੱਤੇ ਗੋਸ਼ਤ ਆ ਜਾਏਗਾ ਇਹ ਲੱਕ ਦੇ ਕੜੇ ਵਿੱਚ ਦਰਦ ਨਹੀਂ ਹੋਵੇਗੀ ਹੱਥਾਂ ਪੈਰਾਂ ਚੋਂ ਸੇਕ ਨਹੀਂ ਨਿਕਲੇਗਾ ਪਿਸ਼ਾਬ ਪੀਲਾ ਨਹੀਂ ਆਏਗਾ ਪਿਸ਼ਾਬ ਨਾਲ ਕਤਰਾ ਨਹੀਂ ਆਏਗਾ ਔਰ ਨਮਾਜ਼ੀ ਬੰਦਾ ਨਮਾਜ਼ ਦੇ ਕਾਬਿਲ ਹੋ ਜਾਏਗਾ ਇਹ ਜੋੜ ਪੱਠੇ ਤੇਰੇ ਦਰਦ ਨਹੀਂ ਕਰਨਗੇ ਤੇਰੇ ਪਾਚੀ ਦਾ ਘਰ ਜਾ ਕੇ ਨਹੀਂ ਬਣਾ ਸਕਦੇ ਇਹ ਤੁਹਾਡੇ ਖੜੇ ਹੋਣ ਦਾ ਮੁੱਲ ਨੇ ਸਾਈਕਲ ਚੁੱਕਣ ਤੋਂ ਪਹਿਲੇ ਪਾਰਚੀ ਦਾ ਘਰ ਜਾ ਕੇ ਨਾ ਬਣਾ ਸਕੋ ਇਹਨਾਂ ਪੰਜਾਂ ਚੀਜ਼ਾਂ ਦੀ ਬਣੀ ਇੱਕ ਖੁਰਾਕ ਇਹ ਬੱਚੇ ਔਰ ਵੱਡੇ ਬੰਦੇ ਪਾਕ ਮੁਹੰਮਦ ਮੁਸਤਫਾ ਦੀ ਜੁੱਤੀ ਦਾ ਸਦਕਾ ਇੱਕ ਖੁਰਾਕ ਸਾਰੇ ਬੰਦੇ ਮੁਫਤ ਲੈ ਲਓ ਇੱਕ ਖੁਰਾਕ ਦੇ ਉੱਤੇ ਮੈਂ ਪੈਸੇ ਮੰਗਾ ਤੇ ਆਪਣੇ ਬਾਪ ਦਾ ਨਹੀਂ ਇੱਕ ਖੁਰਾਕ ਮੁਫਤ ਦੇਣ ਲੱਗਾ ਪਤਾ ਕਿਉਂ ਉਹ ਬੀਜ ਅੱਛਾ ਹੋਵੇ ਤੇ ਫਸਲ ਵੀ ਅੱਛੀ ਹੁੰਦੀ ਹੈ ਇਹ ਦੇਖੋ ਪੁੱਤਰੇ ਕਿ ਡੱਬੀ ਚਾਲ ਹੈ ਕੋਈ ਵੀ ਚਾਲ ਇਹ ਦੇਖੋ ਮੇਰੇ ਵੱਲ ਇਹ ਡੱਬੀ ਮੈਂ ਆਪ ਵੀ ਚਾਹ ਸਕਦਾ ਸਾਂ ਮਗਰ ਦਾਤਰੀ ਨੂੰ ਇੱਕ ਪਾਸੇ ਤੇ ਦੁਨੀਆਂ ਨੂੰ ਦੋ ਪਾਸੇ ਦਿੰਦੇ ਨੇ ਜੇ ਇਹਦੇ ਵਿੱਚ ਮਿੱਟੀ ਹੈ ਤੇ ਉਹਨਾਂ 'ਚ ਵੀ ਮਿੱਟੀ ਹੈ ਜੇ ਇਹਦੇ ਸੋਨੇ ਤੇ ਉਹਨਾਂ 'ਚ ਵੀ ਸੋਨੇ ਮਿੱਟੀ ਦਾ ਮੈਨੂੰ ਪਤਾ ਹੈ ਹੱਥੀਆਂ ਉਂਗਲਾਂ ਕਿੰਨੀਆਂ ਨਜ਼ਰ ਆ ਰਹੀਆਂ ਨੇ ਬੋਲੋ ਦੋ ਸਿਰਫ 2 ਮਿੰਟ ਪਾਕ ਰਸੂਲ ਨੂੰ ਮੰਨ ਕੇ ਕੋਈ ਬੰਦਾ ਹੁਣ ਕੰਨ ਨਾ ਬਹਾਏ ਜਾਏ ਨਾ ਆਇ ਕੇ ਖੁਰਾਕ ਲੈ ਲਓ ਯਾਰ ਸੋਨੇ ਮਿੱਟੀ ਦਾ ਮੈਨੂੰ ਪਤਾ ਕਿਉਂ ਜਿਸ ਵੇਲੇ ਚੀਜ਼ ਬਣਾਈਏ ਤੁਹਾਡੇ ਵਿੱਚ ਕੋਈ ਵੀ ਨਹੀਂ ਸੀ ਵੇਖਦਾ ਕੌਣ ਵੇਖਦਾ ਸੀ ਬੋਲੋ ਅੱਲਾ ਇਹ ਦੁਆ ਕਰਨਾ ਅਗਰ ਪਰ ਚੀਜ਼ਾਂ ਨਹੀਂ ਪਾਈਆਂ ਮੌਲਾ ਕਰੇ ਦੁਆ ਖਾਨਾ ਘਰ ਕੋਵੇ ਕਹਿ ਦਿਓ ਆਮੀ ਤੇਰੇ ਚੀਜ਼ਾਂ ਪਾਈਆਂ ਨੇ ਸ਼ਫਾ ਕੇ ਦੇ ਕੋਲੇ ਬੋਲੋ ਇਹ ਆ ਵੇਖੋ ਯਾਰ ਇਹ ਇਸ ਤਰ੍ਹਾਂ ਖਾਇਆ ਜੇ ਜਿਵੇਂ ਇਹਨੂੰ ਮੈਂ ਖਾਣ ਲੱਗਾ ਗਲਤ ਚੀਜ਼ ਹੋਵੇ ਮੈਂ ਆਪ ਨਾ ਖਾਵਾਂ ਤੇਰੇ ਤੋਂ ਪਹਿਲਾਂ ਮੈਂ ਖਾਣ ਲੱਗਾ ਮੈਂ ਤੇਰੇ ਸਾਹਮਣੇ ਖਲੋਤਾ ਚੌਂ ਬੱਚਿਆਂ ਦਾ ਬਾਪ ਹਾਂ ਸਵਾ 3 ਮਣ ਵੇਟ ਮੈਂ ਆਪਣੀਆਂ ਬਾਹਾਂ ਉੱਤੇ ਚੁੱਕਣਾ ਇਸ ਦਵਾਈ ਨੂੰ ਮੈਂ ਖਾਣਾ ਸਿਹਤ ਵਾਸਤੇ ਇਹ ਦੇਖ ਇਹ ਫੜੋ ਜੀ ਵੰਡ ਦਿਓ 5-6 ਡੱਬੀਆਂ ਹੋਰ ਖੋਲ ਲਵੋ ਸਾਰੇ ਬੰਦੇ ਅੱਲਾ ਵਾਸਤੇ ਬੋਲੋ ਯਾਰ ਦਵਾਈ ਮੈਂ ਕਹਿੰਦੇ ਨੇ ਖਾਧੀ ਹੈ ਬੋਲੋ ਅੱਜ ਮੇਰੇ ਕਹਿਣ ਦੇ ਮੁਤਾਬਕ ਪਾਣੀ ਨਾਲ ਖਾਇਆ ਹੈ ਅੱਲਾ ਦੀ ਸ਼ਾਨ ਨਜ਼ਰ ਆਵੇ ਲੂੰ ਲੂੰ ਦਾ ਥਕੇਵਾ ਨਿਕਲ ਜੇ ਤਬੀਆ ਗੁਲਾਬ ਦੇ ਫੁੱਲ ਦੀ ਤਰ੍ਹਾਂ ਮਹਿਸੂਸ ਕਰੋ ਦੁਬਾਰਾ ਮੰਗਵਾਉਣਾ ਚਾਹੋ ਦੇਵਣ ਲੱਗਾ ਦੁਬਾਰਾ ਮੰਗਵਾਉਣਾ ਚਾਹੋ ਇਹ ਇਸ ਐਡਰੈਸ ਜ਼ਰੀਏ ਮੰਗਵਾ ਲਿਆ ਜੇ ਇਹਦੇ ਉੱਤੇ ਮੇਰੇ ਘਰ ਦਾ ਪਤਾ ਦਵਾਖਾਨੇ ਦਾ ਮੁਕੰਮਲ ਐਡਰੈਸ ਲਿਖਿਆ ਹਰ ਪੈਕਟ ਉੱਤੇ ਮੇਰਾ ਨਾਂ ਟੈਲੀਫੋਨ ਮੋਬਾਈਲ ਨੰਬਰ ਇਹਦੇ ਉੱਤੇ ਲਿਖਿਆ ਚੱਲ ਕਿਆ ਹੋ ਗਏ ਫਿਰ ਪੈਸੇ ਲਵਾਂਗਾ ਕਿੰਨੇ ਪੈਸੇ ਰੁਪਿਆ ਵੀ ਘੱਟ ਲਵਾਂ ਤੇ ਆਪਣੇ ਬਾਪ ਦਾ ਨਹੀਂ ਚੱਲ ਕਿਆ ਹੋ ਗਏ ਆ ਇੱਕ ਪੈਕਟ ਦੀ ਕੀਮਤ ਦਵਾਖਾਨੇ ਤੋਂ ਹੋਵੇਗੀ 100 ਰੁਪਿਆ ਕਿੰਨੇ ਦੱਸੇ ਨੇ ਤੇ 2 ਪੈਕਟ ਮੁਕੰਮਲ ਕੋਲ ਸੀ ਕੀਮਤ ਕਿੰਨੀ ਹੋ ਗਈ 100 ਤੇ 100 ਚੱਲ ਕਿਆ ਹੋ ਗਏ 2 ਪੈਕਟ ਦੀ ਕੀਮਤ 200 ਰੁਪਿਆ ਹੱਥ ਨੇ ਕਿ ਮੰਗਵਾਓਗੇ 2 ਪੈਕਟ ਦੀ ਕੀਮਤ 250 ਰੁਪਿਆ ਤੇ ਜੇ ਮੇਰੇ ਨਾਲ ਹੋਣ ਸੌਦਾ ਕਰਨਾ ਚਾਹੋ ਇਹ ਸਾਈਕਲ ਚਾਹਵਣ ਤੋਂ ਪਹਿਲੇ ਇਹ ਸਰੀਆ ਦੂਰਾ ਕਰਨ ਤੋਂ ਪਹਿਲੇ ਹੋਣ ਸੌਦਾ ਕਰਨਾ ਚਾਹੋ ਸਿਹਤ ਨਾਲ ਨਮਾਜ਼ ਨਾਲ ਚਾਂਦ ਨਾਲ ਪਿਆਰ ਏ ਇਹ ਚਾਹੁੰਦੇ ਹੋ ਇਹਦੇ ਖਾਣ ਨਾਲ ਕਤਰਾ ਇਤਲਾਮ ਰੁਕ ਜੇ ਚਿਹਰੇ ਉੱਤੇ ਸਿਆਹੀਆਂ ਨਾ ਪੈਣ ਬੁੱਢੇ ਬੰਦੇ ਦੇ ਇਹ ਜੋੜ ਪੱਠੇ ਦਰਦ ਨਾ ਕਰਨ ਲੱਕ ਦੇ ਕੜੇ ਵਿੱਚ ਦਰਦ ਨਾ ਹੋਵੇ ਇੱਕ ਮਰਦ ਔਰਤ ਦੇ ਮੈਦਾਨ ਚ ਕਦੇ ਸ਼ਰਮਿੰਦਾ ਨਾ ਹੋਵੇ ਚਿਹਰੇ ਉੱਤੇ ਸਿਆਹੀਆਂ ਨਾ ਪੈਣ ਇਹ ਹੱਥਾਂ ਪੈਰਾਂ ਵਿੱਚੋਂ ਸੇਕ ਨਾ ਨਿਕਲੇ ਪਿਸ਼ਾਬ ਪੀਲਾ ਨਾ ਆਵੇ ਜਿਗਰ ਦੀ ਗਰਮੀ ਮੁੱਕ ਜੇ ਤੇ ਸੁਣ ਲੈ ਦੀ ਕੀਮਤ ਇੱਕੋ ਹੀ ਆਵਾਜ਼ ਦੇਵਾਂਗਾ ਇੱਥੋਂ ਆਵਾਜ਼ ਇੱਥੇ ਬੰਦ ਦਵਾਈ ਬੰਦ ਕਰ ਦੇਵਾਂਗਾ ਬਾਅਦ ਚ ਮੰਗੋ ਕੁੱਤੀ ਦਾ ਪੁੱਤਰ ਆ ਜੇ 500 ਦੀ ਹੈ ਇੱਕ ਡੱਬੀ ਦਿਆਂ
जिदी जुबान एक ओदा बाप एक जिदिया जुबाना दो ओदा बाप सौ फिर ना मंगिया दे ते नहीं देंगा बंद कर देंगा नहीं देंगा पता नहीं क्यों जिन्हों मेरी इन्नी मेहनत का एहसास नहीं मामू उन्हें पैसों की लोड़ नहीं लेना चाहो तो फिर जो पढ़ते हो ला इलाहा इल्लल्लाह मुहम्मद रसूलुल्लाह इस कलमे की मैं जाम नहीं देना यह दस साल के बच्चे तो लैके सौ साल के बुजुर्ग तक पेट उतारो सोना बजाय 250 दे बजाय 300 दे बजाय 400 दे और बजाय 200 दे ए दो पैकेट मुकम्मल कौन सी कीमत तेरी नेक और जायज कमाई विचों ए चक्कर मेरा भाई रहेगा इस टाइम कीमत मैं लै रही हूँ सिर्फ 100 रुपया सारी कीमत छड़ के बिस्मिल्लाह चाचा पैसे बार बार दे देना बिस्मिल्लाह नमाज ही मेरे गा के बिस्मिल्लाह 100 रुपया भाई बिस्मिल्लाह सर अल्लाह इज्जत दे दे शरीफा 100 रुपया बिस्मिल्लाह नमाजी 100 रुपया गैरतमंद 100 रुपया अच्छे लोगों 100 रुपया शरीफों 100 रुपया बिस्मिल्लाह चाचा 100 रुपया 100 रुपया 100 रुपया 100 रुपया 100 रुपया 100 रुपया आवाज एक चक्कर एक चक्कर मेरा भाई लाएगा कलमे नु मान के जाई ना दवाई बेशक ना लै ए तू चल के आया जड़ा बंदा ए पैसे खरे लैके चीज गलत देंदा है ऐसे कुत्ती दे पुत्र ते खुदा दी लानत है ए तेरे पैसे चंगे ने तेरी दवाई खुदा जानता है 16 ने ठीक है रह जा तेरे नसीब लै जा ए मेरे मुकद्दर एक एक खुराक 100 रुपए दा हक अदा करे कि तेरे पैसे मेरे ते ला ले यार ए सरिया दौरा करूं तू पहले पुत्र थले रख सरिया दौरा करा साइकिल स्टैंड उत्ते खिलार सरिया दौरा करा जाया दे ना कोई बंदा जाए ना कंड ना बहाए ए पीछे दवाई दे क्या पीछे दवाई दे क्या बंदे मंग रहे ने और उधर पीछे दे क्या दवाई ए कई बंदे शर्म करते ने पे ए सरिया दौरा कर पहला ए 100 रुपया यार तेरे को चंगा लगा चीज गलत है एक दिन मरना है ए दुनिया छड़नी है मेरा पैसे ने मनु कब्र दे अदाब भी नहीं बचाना जा गाला नहीं कटेगा अच्छे लफ्ज़ नाल याद करेगा चंगी मां दा दूध पीता होया ते चीज तू चंगी देख के जावांगा और चंगा बंदा दोबारा भी आंदा मैं तनु इथे दोबारा मिल दे आ लेना यार मैं इस मंडी उत्ते आंदा ही रहना आ कई बंदे मेरे चेहरे तू वाकिफ ने एना मंडिया उत्ते मैं आंदे जांदे रहना दो नंबर बंदा एक बार आंदा दोबारा सीने की च नहीं आंदा आ खेल मेरा देख सरिया दा मेरा खेल सच्चाई दा आ दवाई मेरी एक नंबर है दो नंबर नहीं झूठे की नस्ल पे लानत है यार ओ ये पैसे कंजरा को बड़े ने लेकिन उठे इज्जत नहीं ए जड़ा बंदा दो डबिया नहीं ना ले सकदा क्योंकि किसी टाइम बादशाह दी जेब च भी पैसा नहीं हुंदा जड़ा बंदा दो डबिया नहीं ले सकदा ट्राई वास्ते पुत्र एक डबी बहाई ट्राई वास्ते तजर्बे वास्ते आजमावन वास्ते आ एक डबी ले लो एक डबी खा दे फायदा देवे दूसरी ड्रेस तू मंगवा लिया जे एक मैं देंदा नहीं हुंदा मगर ए समझमे विच आ एक डबी दी कीमत 50 रुपए ओन ही रह जा नसीब तेरे अपने ने यार एक डबी की कीमत 50 रुपए है लो 50 रुपए 50 रुपए 50 रुपए 50 रुपए और 50 रुपए लो सरिया दौरा होता देखो छोटो दवाई बंद कर देंगा फिर दवाई नहीं देंगा पुत्र तेरे को सरिया दौरा या इलाही कर तू अपना एक चक्कर मुकम्मल कर दे अपना एक चक्कर मुकम्मल कर दे फिर मैं सरिया दौरा कर दूंगा भैया किसी का दे ए एले बाद मैं सरिया का खेल वहा के दवाई के खावने का तरीका दसन लगा सप लड़ा के बहाना है सैकल का एक बहाना है ए जो वादा किया वादा पूरा होता वेखो चाहो सारिया गल्ला छोड़ो और बीमारियां चूल्हे च पाओ यार तंदुरुस्त लोग इन शौकिया खाओ सेहत वास्ते सेहत को कायम करेगी ये खाने नाल जोड़ा पट्ठिया दी दर्दा मुक जाएगियां कतरा इतलाम रुक जाएगा चेहरे उत्ते सियाइया नहीं पैणगियां शुगर उत्ते कंट्रोल हो वैसी ए सरिया दौरा ये बाद सैकल का आइटम वेखो लाओ जी चक्कर अपना मुकम्मल करो चक्कर अपना मुकम्मल करो बंद करो ए बाद मैं सरिया दौरा करा भैया किसी का दे लच्छी चीज जे से दस दे कतरे इतलाम वास्ते गर्मी वास्ते सेहत वास्ते वाला चीज ए नमर्दी दी दुआ नहीं मैं ये कहंदा ना कि दवाई खाओगे ऐडा लंबा सौदा हो जाएगा 10 दिन खाया जे जंग बॉर्डर उत्ते लगेगी ऐसे घुमाना शुरू कर दिया जे ते कई बंदे ने मेरे को 5-5 डब्बियां लैनियां सन ਕਿਉਂ ਇਹ ਲੰਮਾ ਮੋਟਾ ਕਰਨ ਵਾਲੀ ਦਵਾਈ ਹੈ ਤੇ ਗੁੱਸਾ ਨਾ ਕਰਿਆ ਜੇ ਅਗਰ ਕੋਈ ਲੰਮਾ ਮੋਟਾ ਕਰਨ ਵਾਲੀ ਦਵਾ ਹੋਵੇ ਤੇ ਆਪਣਾ ਮੈਂ ਟਰਾਲੀ ਉੱਤੇ ਲੱਦ ਕੇ ਲਿਆਵਾਂ ਠੀਕ ਹੈ ਲਓ ਔਰ ਪਿੱਛੇ ਦੇਤੀ ਦਵਾਈ ਚਲੋ ਆਓ ਸਰੀਆ ਦੋਰਾ ਕਰੋ ਲਓ ਜੀ ਸਰੀਆ ਦੋਰਾ ਤੇ ਇਹ ਕਲੀਕ ਮਨ ਪਾ ਲੈਣ ਦੇ ਤੇਰੀ ਵਜ੍ਹਾ ਤੋਂ ਨਹੀਂ ਆਪਣੀ ਇਹ ਪੁੱਤਰ ਸਭ ਨੇੜੇ ਕਰ ਦੇਣਾ ਲਓ ਜੀ ਹੁਣ ਮੈਂ ਸਰੀਆ ਦੋਰਾ ਕਰਕੇ ਦਵਾਈ ਦਾ ਤਰੀਕਾ ਦੱਸਣ ਲਗਾ ਤੇ ਮਜਮਾ ਮੁਕਾਨ ਲਗਾ ਮਨੂੰ ਆਪ ਬੜੀ ਜਲਦੀ ਮੈਂ ਅੱਗੇ ਵੀ ਜਾਣਾ ਐ ਸਾਰੇ ਬੰਦੇ ਕਲਮੇ ਨੂੰ ਮੰਨ ਕੇ ਲੀਕ ਦੋ ਜਿਹੜੇ ਹੋ ਜੋ ਜਰਾ ਅੱਗੇ ਹੋ ਜੂਗਾ ਸਾਹਮਣੇ ਵਾਲੇ ਬੰਦੇ ਨੇੜੇ ਆਉਂਦੇ ਐ ਦਰਾਬ ਸਰੀਆ
अगर दोहरा ना कर सका 1000 रुपया जुर्माना देंगे। छोटे बच्चे अगले जिन्हें भी खलोते हो मां मान के बैठो बेटा बैठा सरिया दोहरा करके बहा के मैं दवाई दे खान का तरीका दसन लगा। ये दवाई नू खाना कहिंदे ये बनानी कहिंदे ये दोबारा मैं एक बार फिर दस दे उठ के खड़ा हो यार सरिया दोहरा करा ये वादा पूरा करन लगा मैं सरिये का ये बाद सैकल का ए सब का शुगल देखो ये बाद दवाई के खाने का तरीका दसना है तो दवाई खानी कहिंदे इहनू इस्तेमाल किंज करना ये परहेज की करना है भी सुन लिया जी। नारा लगाओ या अल्लाह है एक बार मिल के कह दो या रसूल अल्लाह जोर दी नारा लगाओ या इली टूट के जरा कैम हो सरिया दोहरा करन दा इनाम नहीं बनता 150 रुपया सीधा कराओ जी दोबारा सीधा करो इन दोबारा ये दोबारा डिंगा करना है दोबारा इन मैं मूँह में रख के दोहरा करना सरिया दोबारा मूँह में रख के दोहरा होता वेखो दवाई के खाने का तरीका यदा परहेज सुन लो एक मिनट में किसी बंदे ने